ਵਾਟ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਮਾਸਟਰ ਕਾਡਰ ਪੰਜਾਬੀ ਸਮਾਜਿਕ ਸਿੱਖਿਆ ਪੀਐਸ ਟੈਟ ਅਤੇ ਸੀ ਟੈਟ ਦੀ ਤਿਆਰੀ ਪੰਜਾਬੀ ਮੀਡੀਅਮ ਚ ਕਰਨ ਲਈ ਸਾਡੇ YouTube ਚੈਨਲ ਨਾਲ ਜਰੂਰ ਜੁੜੋ ਜਿੰਨਾ ਵੀ ਵਿਦਿਆਰਥੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਵਿਦਿਆਰਥੀ ਸਾਥੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਜਾਣਕਾਰੀ ਮਿਲਦੀ ਰਹੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਡੇ ਵਟਸਐਪ ਗਰੁੱਪ ਅਤੇ ਟੈਲੀਗ੍ਰਾਮ ਗਰੁੱਪ ਨਾਲ ਵੀ ਜੁੜਨਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500883 ਅੱਜ ਆਪਾਂ ਮਾਸਟਰ ਕਾਰਡ ਪੰਜਾਬੀ ਨਾਲ ਸੰਬੰਧਿਤ ਪੰਜਾਬੀ ਵਿਆਕਰਨ ਸਪੈਸ਼ਲ ਸੀਰੀਜ਼ 14 ਕਰਾਂਗੇ ਇਸ ਤੋਂ ਪਹਿਲਾਂ ਸਾਡੇ ਚੈਨਲ ਤੇ ਮਾਸਟਰ ਕਾਰਡ ਪੰਜਾਬੀ ਅਤੇ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ ਉਹ ਵੀ ਜਰੂਰ ਦੇਖਣਾ ਸੋ ਆਪਾਂ ਅੱਜ ਟੈਸਟ ਸੀਰੀਜ਼ ਦੇ ਵਿੱਚ ਫਰਸਟ ਕੁਐਸਚਨ ਕਰਾਂਗੇ ਭਾਸ਼ਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਇਸੇ ਤੰਤੂ ਤੋਂ ਹੋਈ ਹੈ ਭਾਸ਼ਾ ਪਾਸ਼ਾਈ ਪਾਸ਼ਾਈ ਤਤ ਜਾਂ ਲਾਂਗ ਸਹੀ ਅਨਸਰ ਹੈ ਭਾਸ਼ਾ ਨੈਕਸਟ ਕਰਾਂਗੇ ਕੋਸ਼ਕਾਰਾਂ ਦੀ ਨਜ਼ਰ ਵਿੱਚ ਭਾਸ਼ਾ ਕੀ ਹੈ ਕੋਈ ਮਨ ਚਿੱਤ ਲੱਗਦਾ ਵੱਜਮਾ ਪ੍ਰਭਾਵ ਮਾਨਸਿਕ ਭਾਵਾਂ ਦੀ ਪਛਾਣ ਨਿਕਾਸ ਵਿਕਾਸ ਤੇ ਅਰਥਾਂ ਸਮੇਤ ਸ਼ਬਦਾਂ ਦੀ ਸੂਚੀ ਬੁਨਿਆਦੀ ਤੌਰ ਤੇ ਦੁਨੀਆ ਆਤਮਿਕ ਚਿੰਨਾ ਦਾ ਇੱਕ ਸਿਸਟਮ ਹੈ ਸਹੀ ਆਨਸਰ ਹੈ ਨਿਕਾਸ ਵਿਕਾਸ ਤੇ ਅਰਥਾਂ ਸਮੇਤ ਸ਼ਬਦਾਂ ਦੀ ਸੂਚੀ ਭਾਸ਼ਾ ਵਿਗਿਆਨ ਪੁਸਤਕ ਦਾ ਕਰਤਾ ਕੌਣ ਹੈ ਬੂਟਾ ਸਿੰਘ ਬਰਾੜ ਵੇਦ ਅਗਨੀ ਹੋਤਰੀ ਪ੍ਰੇਮ ਪ੍ਰਕਾਸ਼ ਸਿੰਘ ਬਲਦੇਵ ਰਾਜ ਗੁਪਤਾ ਭਾਸ਼ਾ ਵਿਗਿਆਨ ਪੁਸਤਕ ਦਾ ਕਰਤਾ ਕੌਣ ਹੈ ਸਹੀ ਆਨਸਰ ਹੈ ਬਲਦੇਵ ਰਾਜ ਗੁਪਤਾ ਨੈਕਸਟ ਕਰਾਂਗੇ ਭਾਸ਼ਾ ਨੂੰ ਜਿੰਨਾ ਦੀ ਵਿਵਸਥਾ ਕਿਸ ਨੇ ਕਿਹਾ ਹੈ ਸਾਸਿਉਰ ਜੋਨ ਲਾਈਨਜ਼ ਚਮਸਕੀ ਬਲਾਕ ਜਾਂ ਤੇ ਟ੍ਰੈਗਰ ਭਾਸ਼ਾ ਨੂੰ ਜਿੰਨਾ ਦੀ ਵਿਵਸਥਾ ਕਿਸ ਨੇ ਕਿਹਾ ਹੈ ਸਹੀ ਅਨਸਰ ਹੈ ਸਾਸਿਉਰ ਸੰਸਕ੍ਰਿਤ ਦੇ ਵਿਦਵਾਨ ਪਾਨਣੀ ਵੈਦਿਕ ਭਾਸ਼ਾ ਨੂੰ ਕੀ ਕਹਿੰਦੇ ਹਨ ਛੰਦਸ਼ ਵੇਦਾਂ ਦੀ ਭਾਸ਼ਾ ਸ਼ੰਦਰ ਹੈਤ ਛੰਦ ਸਾਹਿਤ ਸਹੀ ਆਨਸਰ ਹੈ ਛੰਦਸ ਨੈਕਸਟ ਕਰਾਂਗੀ ਭਾਸ਼ਾ ਵੈਦਿਕ ਭਾਸ਼ਾ ਦੇ ਕਿਹੜੇ-ਕਿਹੜੇ ਲਿੰਗ ਹਨ ਵੈਦਿਕ ਭਾਸ਼ਾ ਦੇ ਕਿਹੜੇ-ਕਿਹੜੇ ਲਿੰਗ ਹਨ ਪੁਲਿੰਗ ਇਸਤਰੀ ਲਿੰਗ ਨਪੁੰਸਕ ਲਿੰਗ ਅਪ੍ਰੋਖਤ ਸਾਰੇ ਸਹੀ ਆਨਸਰ ਹੈ ਉਪਰੋਕਤ ਸਾਰੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨੈਕਸਟ ਕਰਾਂਗੇ ਮਦਕਾलीन ਆਰਿਆਈ ਭਾਸ਼ਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ ਤਿੰਨ 4 2 ਜਾਂ 5 ਸਹੀ ਆਨਸਰ ਹੈ 3 ਡਾਕਟਰ ਮੂਨ ਸਿੰਘ ਅਨੁਸਾਰ ਗੋਰਖਨਾਥ ਦਾ ਸਮਾਂ ਹੈ 10ਵੀਂ ਸਦੀ 11ਵੀਂ ਸਦੀ 12ਵੀਂ ਸਦੀ ਜਾਂ 8ਵੀਂ ਸਦੀ ਡਾਕਟਰ ਮੂਨ ਸਿੰਘ ਅਨੁਸਾਰ ਗੋਰਖਨਾਥ ਦਾ ਕਿਹੜਾ ਸਮਾਂ ਮੰਨਿਆ ਗਿਆ ਹੈ ਸਹੀ ਆਨਸਰ ਹੈ 8ਵੀਂ ਸਦੀ ਦਾ ਸਮਾਂ ਜੋਗੀਆਂ ਦੀ ਬੋਲੀ ਵਿੱਚ ਕਿੰਨਾ ਸ਼ਬਦਾਂ ਦੀ ਵਰਤੋਂ ਘੱਟ ਹੁੰਦੀ ਹੈ ਤਦ ਭਾਵ ਮਿਸ਼ਰਤ ਵਿਦੇਸ਼ੀ ਜਾਂ ਤਤਸਮ ਜੋਗੀਆਂ ਦੀ ਬੋਲੀ ਵਿੱਚ ਕਿੰਨਾ ਸ਼ਬਦਾਂ ਦੀ ਵਰਤੋਂ ਘੱਟ ਹੁੰਦੀ ਹੈ ਸਹੀ ਆਨਸਰ ਹੈ ਮਿਸ਼ਰਤ ਨੈਕਸਟ ਕਰਾਂਗੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿੰਨੀ ਤਰ੍ਹਾਂ ਦੀ ਉਪ ਬੋਲੀ ਮਿਲਦੀ ਹੈ 8 ਤਿੰਨ 4 2 ਗੁਰੂ ਅਰਜਨ ਦੇਵ ਦੀ ਬਾਣੀ ਵਿੱਚ ਕਿੰਨੇ ਤਰ੍ਹਾਂ ਦੀ ਬੋਲੀ ਮਿਲਦੀ ਹੈ ਸਹੀ ਆਨਸਰ ਹੈ ਤਿੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਤਿੰਨ ਤਰ੍ਹਾਂ ਦੀ ਉਪ ਬੋਲੀ ਮਿਲਦੀ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਕਿਹੜੀਆਂ-ਕਿਹੜੀਆਂ ਪਾਸ਼ਾਵਾਂ ਮਿਲਦੀਆਂ ਹਨ हिन्दी संस्कृत लेंडी गाथा ਜਾਂ ਸੰਸਕ੍ਰਿਤ ਲੈਂਦੀ ਤੇ ਅੰਗਰੇਜ਼ੀ ਗਾਥਾ ਜਾਂ ਸੰਸਕ੍ਰਿਤ ਲੈਂਦੀ ਕੇਂਦਰੀ ਪੰਜਾਬੀ ਉਰਦੂ ਫਾਰਸੀ ਤੇ ਆਧੁਨਿਕ ਸਹੀ ਆਨਸਰ ਹੈ ਗਾਥਾ ਜਾਂ ਸੰਸਕ੍ਰਿਤ ਲੈਂਦੀ ਤੇ ਕੇਂਦਰੀ ਪੰਜਾਬੀ ਨੈਕਸਟ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਬੋਧੀ ਰਚਨਾ ਕਿਸ ਭਾਸ਼ਾ ਵਿੱਚ ਹੈ ਫਾਰਸੀ ਉਰਦੂ ਬ੍ਰਿਜ ਭਾਸ਼ਾ ਜਾਂ ਰਾਜਸਥਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵੀ ਸਭ ਤੋਂ ਵੱਧ ਕਿਹੜੀ ਭਾਸ਼ਾ ਵਿੱਚ ਮਿਲਦੀ ਹੈ ਸਹੀ ਆਨਸਰ ਹੈ ਬ੍ਰਿਜ ਭਾਸ਼ਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਨੈਸਟ ਕਰਾਂਗੇ ਪੂਰੇ ਸੰਸਾਰ ਵਿੱਚ ਵੀ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ ਕਿੰਨੀ ਹੈ 3040 ਜਾਂ 3060 3080 3064 ਪੂਰੇ ਸੰਸਾਰ ਵਿੱਚ ਕਿੰਨੀਆਂ ਬੋਲੀਆਂ ਬੋਲੀਆਂ ਜਾਂਦੀਆਂ ਹਨ ਸਹੀ ਆਨਸਰ ਹੈ 3000 ਜੋਟ नेक्स्ट ਕਰਾਂਗੇ ਵਾਰਸ ਸ਼ਾ ਹਾਸਮ ਸ਼ਾ ਕਾਦਰ ਯਾਰ ਦੀਆਂ ਰਚਨਾਵਾਂ ਵਿੱਚ ਬਹੁਤੇ ਸ਼ਬਦ ਕਿਹੜੀਆਂ ਭਾਸ਼ਾਵਾਂ ਵਿੱਚੋਂ ਲਏ ਗਏ ਹਨ ਫਾਰਸੀ ਉਰਦੂ ਫਾਰਸੀ ਅਰਬੀ ਅਰਬੀ ਉਰਦੂ ਜਾਂ ਉਪਰੋਕਤ ਕੋਈ ਨਹੀਂ ਸਹੀ ਆਨਸਰ ਹੈ ਫਾਰਸੀ ਤੇ ਅਰਬੀ ਨੈਕਸਟ ਕਰਾਂਗੇ ਸ ਸ ਪੈਰ ਵਿੰਦੀ ਖ ਖੇ ਪੈਰ ਵਿੰਦੀ ਗ ਗੇ ਪੈਰ ਵਿੰਦੀ ਜ ਜੇ ਪੈਰ ਵਿੰਦੀ ਲ ਲੇ ਪੈਰ ਵਿੰਦੀ ਤੇ ਫ ਫੇ ਪੈਰ ਵਿੰਦੀ ਕਿਸ ਭਾਸ਼ਾਵਾਂ ਦੀਆਂ ਧੁਨੀਆਂ ਹਨ ਅਰਬੀ ਫਾਰਸੀ ਉਰਦੂ ਬ੍ਰਿਜ ਸਹੀ ਆਨਸਰ ਹੈ ਫਾਰਸੀ ਭਾਸ਼ਾ ਪ੍ਰਾਕ੍ਰਿਤਕ ਕੀ ਹੈ ਆਰਿਆ ਭਾਸ਼ਾ ਅਰਧ ਤਤਸਮ ਜਾਂ ਆਰਿਆ ਭਾਸ਼ਾ ਪਾਕਿਸਤਾਨੀ ਸਹੀ ਆਨਸਰ ਹੈ ਆਰਿਆ ਭਾਸ਼ਾ ਜੇਕਰ ਕੋਈ ਵੀ ਵਿਦਿਆਰਥੀ ਮਾਸਟਰ ਕਾਰਡਰ ਪੰਜਾਬੀ ਸਮਾਜਿਕ ਸਿੱਖਿਆ ਦੇ ਹੱਥ ਲਿਖਤ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਹ ਮੈਸੇਜ ਕਰ ਸਕਦੇ ਹਨ 9715008803 ਨੋਟਸਾਂ ਦੀ ਪਹੁੰਚ ਕਾਰਤਕ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸਾਡੇ ਮਾਸਟਰ ਕਾਰਡ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੇ ਨੈਕਸਟ ਬੈਚ ਕੱਲ ਤੋਂ ਸਟਾਰਟ ਹਨ ਜੇਕਰ ਕੋਈ ਵੀ ਵਿਦਿਆਰਥੀ ਜੁਆਇਨ ਕਰਨਾ ਚਾਹੁੰਦੇ ਹਨ ਤਾਂ ਜਲਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਨੈਸਟ ਕਰਾਂਗੇ ਗੁਰਮੁਖੀ ਲਿਪੀ ਜਨਮ ਤੇ ਵਿਕਾਸ ਦਾ ਕਰਤਾ ਕੌਣ ਹੈ ਜੀ ਵੀ ਸਿੰਘ ਜੁਗਿੰਦਰ ਸਿੰਘ ਪਵਾਰ ਕਾਲਾ ਸਿੰਘ ਬੇਦੀ ਸੀਤਾ ਰਾਮ ਬਾਰੀ ਸਹੀ ਆਨਸਰ ਹੈ ਜੀ ਵੀ ਸਿੰਘ ਨੈਕਸਟ ਕਰਾਂਗੇ ਪੰਜਾਬੀ ਭਾਸ਼ਾ ਸੰਸਾਰ ਪੁਸਤਕ ਦਾ ਸੰਪਾਦਕ ਕੌਣ ਹੈ ਅਮਰਜੀਤ ਸਿੰਘ ਆਤਮਾ ਸਿੰਘ ਪਰਮਜੀਤ ਸਿੰਘ ਸੰਧੂ ਜੀ ਵੀ ਸਿੰਘ ਸਹੀ ਆਨਸਰ ਹੈ ਅਮਰਜੀਤ ਸਿੰਘ ਨੈਕਸਟ ਕਰਾਂਗੇ ਭਾਸ਼ਾ ਕੀ ਹੈ ਸੰਚਾਰ ਦਾ ਮਾਧਿਅਮ ਧੁਨੀਆਂ ਦਾ ਸਮੂਹ ਹੈ ਖੁਦ ਮੁਖਤਿਆਰ ਸਮੁੱਚ ਹੈ ਅਰਥ ਵੋਧ ਕਰਾਉਣ ਵਾਲੀ ਵਸਤੂ ਹੈ ਭਾਸ਼ਾ ਕੀ ਹੈ ਸਹੀ ਆਨਸਰ ਹੈ ਸੰਚਾਰ ਦਾ ਮਾਧਿਅਮ ਨੈਕਸਟ ਕਰਾਂਗੇ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ ਧੁਨੀ ਅਰਥ ਰੂਪਗ੍ਰਾਮ ਵਾਕਵੰਤਰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਸਹੀ ਅਨਸਰ ਹੈ ਰੂਪਗ੍ਰਾਮ ਨੈਕਸਟ ਕਰਾਂਗੇ ਨਾਸਕੀ ਧੁਨੀਆਂ ਕਿਹੜੀਆਂ ਹਨ ਰਾਰਾ ਲੱਲਾ ਵਾਵਾ यैया 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 पप्पा गग्गा मम्मा जैया यैया नाना यैया नन्ना मम्मा नाना नन्ना गग्गा पप्पा तत्ता नासकी धुनिया केड़िया हन सही आंसर है ਯਈਆ ਨਾਣਾ ਯਈਆ ਨੰਨਾ ਮੰਮਾ ਨੈਕਸਟ ਕਰਾਂਗੇ ਸਵਾਰ ਅਤੇ ਵਿਅੰਜਨ ਕਿਸ ਸ੍ਰੇਣੀ ਵਿੱਚ ਆਉਂਦੇ ਹਨ ਸਵਾਰ ਅਤੇ ਵਿਅੰਜਨ ਕਿਸ ਸ੍ਰੇਣੀ ਵਿੱਚ ਆਉਂਦੇ ਹਨ ਰੂਪਗ੍ਰਾਮ ਅਰਥ ਵਿਗਿਆਨ ਬਾਕ ਵਿਗਿਆਨ ਤੁਣੀ ਸਹੀ ਅੰਸਰ ਹੈ ਤੁਣੀ ਸਵਰ ਕੀ ਹੈ ਜਿਸ ਦੇ ਉਚਾਰਨ ਸਮੇ ਸਾਹ ਦੀ ਹਵਾ ਨੱਕ ਰਾਹੀਂ ਨਿਕਲੇ ਜਿਸ ਦੇ ਉਚਾਰਨ ਸਮੇ ਸਾਹ ਦੀ ਹਵਾ ਮੂੰਹ ਗਤੀ ਨਾਲ ਮੂੰਹ ਪੋਲ ਵਿੱਚੋਂ ਨਿਕਲਦੀ ਹੈ ਜੀਵ ਦੇ ਨਾਲ ਰਗੜ ਕੇ ਨਿਕਲੇ ਹਵਾ ਰੋਕ ਗਤੀ ਨਾਲ ਨਿਕਲੇ ਸਵਰ ਕੀ ਸਾਨੂੰ ਕਹਿੰਦੇ ਹਨ ਸਹੀ ਅਨਸਰ ਹੈ ਜਿਸ ਦੇ ਉਚਾਰਨ ਸਮੇ ਸਾਹ ਦੀ ਹਵਾ ਮੂੰਹ ਗਤੀ ਨਾਲ ਮੂੰਹ ਪੋਲ ਵਿੱਚੋਂ ਨਿਕਲੇ ਨੈਕਸਟ ਕਰਾਂਗੇ ਸਵਾਰਾਂ ਨੂੰ ਵਰਗ ਵੋਧ ਕਰਨ ਲਈ ਕਿਹੜੇ-ਕਿਹੜੇ ਆਧਾਰ ਹਨ ਮਿਟਮੇ ਤੇ ਖੁੱਲੇ ਸਵਾਰ ਅਗਲੇ ਅਤੇ ਪਿਛਲੇ ਸਵਾਰ ਗੋਲ ਤੇ ਗੁਲਾਈ ਰਹਿਤ ਸਵਾਰ ਉਪਰੋਕਤ ਸਾਰੇ ਸਹੀ ਅਨਸਰ ਹੈ ਮਿਟਮੀ ਤੇ ਖੁੱਲੇ ਸਵਰ ਖੁੱਲੇ ਸਵਰ ਕਿਹੜੇ ਹੁੰਦੇ ਹਨ ਉਚਾਰਨ ਸਮੇ ਮੂੰਹ ਦੀਆਂ ਵਹਾਵਾ ਘੱਟ ਖੁੱਲਣ ਕੋਈ ਰਗੜ ਜਾਂ ਸੰਘਰਸ਼ ਨਾ ਹੋਵੇ ਉਚਾਰਨ ਸਮੇ ਨਵੀਂ ਸਥਿਤੀ ਚ ਹੋਵੇ ਤੇ ਮੂੰਹ ਬਹਾਵਾ ਤੋਂ ਵੱਧ ਤੋਂ ਵੱਧ ਖੁੱਲੀਆਂ ਹੁੰਦੀਆਂ ਹਨ ਜਾਂ ਉਪਰੋਕਤ ਕੋਈ ਨਹੀਂ ਸਹੀ ਅਨਸਰ ਹੈ ਉਚਾਰਨ ਸਮੇਂ ਜੀਵ ਨਮੀ ਸਥਿਤੀ ਚ ਹੋਵੇ ਤੇ ਮੂੰਹ ਬਹਾਵਾ ਤੂੰ ਵੱਤੋਂ ਵੱਧ ਖੁੱਲੀਆਂ ਹੁੰਦੀਆਂ ਹਨ ਨੈਕਸਟ ਕਰਾਂਗੇ ਮਾਤਰਾ ਦੇ ਆਧਾਰ ਤੇ ਸਵਰ ਦੀਆਂ ਕਿਹੜੀਆਂ-ਕਿਹੜੀਆਂ ਸਰਹਿਣੀਆਂ ਹਨ ਹਰਸ਼ਵ ਤੇ ਦੀਰਘ ਖੁੱਲੇ ਤੇ ਮਿਟਮੇ ਸਵਰ ਲਪਾਂਕ ਗੋਲ ਸਵਰ ਸਹੀ ਅਨਸਰ ਹੈ ਹਰਸ਼ਵ ਤੇ ਦੀਰਘ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਨੈਕਸਟ ਕਰਾਂਗੇ ਜੀਵ ਦੀ ਨੋਕ ਨੂੰ ਪਿਛਲੇ ਪਾਸੇ ਉਲਟਾ ਕੇ ਬੋਲਣ ਵਾਲੀਆਂ ਧੁਨੀਆਂ ਨੂੰ ਕੀ ਕਹਿੰਦੇ ਹਨ ਸੁਰਜੰਤਰੀ ਤਾਲਵੀ ਵਰਤਸੀ ਜਾਂ ਮੂਰਤਨੀ ਸਹੀ ਆਨਸਰ ਹੈ ਮੂਰਤਨੀ ਕਕਾ ਖਖਾ ਗਗਾ ਅੱਗਾ ਨਹੀਂਆ ਕਿਸ ਪ੍ਰਕਾਰ ਦੀਆਂ ਧੁਨੀਆਂ ਹਨ ਦੰਤੀ ਹੋਠੀ ਕੰਠੀ ਤਾਲਵੀ ਸਹੀ ਆਨਸਰ ਹੈ ਕੰਠੀ ਜਦੋਂ ਜੀਵ ਦਾ ਅੱਗਾ ਸਖਤ ਤਾਲੂ ਨਾਲ ਛੋਹੇ ਤਾਂ ਕਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਹਨ ਹੋਠੀ ਮੂਰਤਣੀ ਤਾਲਵੀ ਕੰਠੀ ਸਹੀ ਆਨਸਰ ਹੈ ਤਾਲ ਵੀ ਨੈਕਸਟ ਕਰਾਂਗੇ ਪੰਜਾਬੀ ਵਿੱਚ ਕਿੰਨੇ ਵਿਅੰਜਨ ਹੁੰਦੇ ਹਨ 26 35 29 30 ਸਹੀ ਆਨਸਰ ਹੈ 29 ਪੰਜਾਬੀ ਵਿੱਚ ਸ਼ੁੱਧ ਵਿਅੰਜਨ 29 ਹਨ ਵੈਸੇ ਪੰਜਾਬੀ ਵਿੱਚ ਵਿਅੰਜਨ 38 ਹਨ ਨੈਕਸਟ ਕਰਾਂਗੇ ਨੰਨਾ ਕਿਹੜੀ ਧੁਨੀ ਹੈ ਦੰਤੀ ਨਾਸਕੀ ਕੰਮੀ ਜਾਂ ਅਟਕਣੀ ਸਹੀ ਆਨਸਰ ਹੈ ਨਾਸਕੀ ਨੈਕਸਟ ਕਰਾਂਗੇ ਉਹ ਧੁਨੀ ਜਿਸ ਦੇ ਉਚਾਰਨ ਸਮੇਂ ਜੀਵ ਦੀ ਨੋਕ ਉਚਾਰਨ ਅੰਗ ਨੂੰ ਛੋਂਦੀ ਹੈ ਉਹ ਧੁਨੀ ਜਿਸ ਦੇ ਉਚਾਰਨ ਸਮੇਂ ਜੀਵ ਦੀ ਨੋਕ ਉਚਾਰਨ ਅੰਗ ਨੂੰ ਛੋਂਦੀ ਹੈ ਰੁਕ ਰੁਕ ਕੇ ਕੰਬਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਮਮਾ ਯਈਆ ਰਾਰਾ ਪਪਾ ਸਹੀ ਆਨਸਰ ਹੈ ਰਾਰਾ ਪਾਸ਼ੇ ਕੁ ਧੁਨੀਆਂ ਦਾ ਅਧਿਐਨ ਹੈ ਧੁਨੀ ਵਿਗਿਆਨ ਧੁਨੀ ਰਾਮ ਵਿਗਿਆਨ ਧੁਨੀ ਗ੍ਰਾਮ ਵਿਗਿਆਨ ਰੂਪ ਵਿਗਿਆਨ ਧੁਨੀ ਪਰਿਵਰਤਨ ਜਾਂ ਪਹਿਲਾ ਅਤੇ ਦੂਜਾ ਦੋਵੇਂ ਸਹੀ ਆਨਸਰ ਹੈ ਪਹਿਲਾ ਅਤੇ ਦੂਜਾ ਦੋਵੇਂ ਧੁਨੀ ਗ੍ਰਾਮ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਖੰਡੀ ਤੇ ਅਖੰਡੀ ਧੁਨੀ ਗ੍ਰਾਮ ਸਵਾਰ ਤੇ ਵਿਅੰਜਨ ਸਵਰਵਾਹਕ ਨਾਸਕੀ ਵਿਅੰਜਨ ਸਹੀ ਆਨਸਰ ਹੈ ਖੰਡੀ ਤੇ ਅਖੰਡੀ ਧੁਨੀ ਗ੍ਰਾਮ ਨੈਕਸਟ ਕਰਾਂਗੇ ਖੰਡਿਤ ਧੁਨੀ ਗ੍ਰਾਮ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਸਵਰ ਵਿਅੰਜਨ ਸਵਰ ਅਤੇ ਵਿਅੰਜਨ ਜਾਂ ਹਰਸ਼ਵ ਤੇ ਸਵਰ ਸਹੀ ਆਨਸਰ ਹੈ ਸਵਰ ਅਤੇ ਵਿਅੰਜਨ ਈ ਕਿਹੜਾ ਸਵਰ ਹੈ ਉੱਚਾ ਮੱਧ ਉੱਚਾ ਮੱਧ ਨੀਵਾ ਵਿਚਕਾਰਲਾ ਸਹੀ ਆਨਸਰ ਹੈ ਉੱਚਾ ਨੈਕਸਟ ਕਰਾਂਗੇ ਊੜਾ ਕਿਹੜਾ ਸਵਰ ਹੈ ਗੋਲ ਗੁਲਾਈ ਰਹਿਤ ਹਰਸ਼ਵ ਜਾਂ ਦੀर्घ ਊੜਾ ਕਿਹੜਾ ਸਵਰ ਹੈ ਸਹੀ ਆਨਸਰ ਹੈ ਗੋਲ ਇਹ ਸਵਰ ਦੀ ਵਰਤੋਂ ਕਿੱਥੇ ਹੁੰਦੀ ਹੈ ਆਦ ਮਦ ਅੰਤ ਜਾਂ ਤਿੰਨੋਂ ਅਵਸਥਾਵਾਂ ਵਿੱਚ ਸਹੀ ਆਨਸਰ ਹੈ ਤਿੰਨੋਂ ਅਵਸਥਾਵਾਂ ਵਿੱਚ ਇਹਨਾਂ ਵਿੱਚੋਂ ਕਿਹੜਾ ਵਿਅੰਜਨ ਸ਼ਬਦਾਂ ਦੇ ਮੁੱਢ ਤੇ ਨਹੀਂ ਆਉਂਦਾ ਮਮਾ ਰਾਰਾ ਯਈਆਂ ਜਾਂ ਗੱਗਾ ਸਹੀ ਆਨਸਰ ਹੈ ਯਈਆਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਨੈਕਸਟ ਕਰਾਂਗੇ ਬਾਵਾ ਕਿਹੜਾ ਵਿਅੰਜਨ ਹੈ ਸੰਯੁਕਤ ਦੀर्घ ਨਾਸਕੀ ਜਾਂ ਉਪਰੋਕਤ ਕੋਈ ਨਹੀਂ ਸਹੀ ਆਨਸਰ ਹੈ ਸੰਯੁਕਤ ਅਧਕ ਦੀ ਵਰਤੋਂ ਕੀਤੀ ਜਾਂਦੀ ਹੈ ਦੁੱਤ ਵਿਅੰਜਨ ਲਈ ਜਾਂ ਸੰਯੁਕਤ ਵਿਅੰਜਨ ਲਈ ਨਾਸਕੀ ਵਿਅੰਜਨ ਲਈ ਉਪਰੋਕਤ ਸਾਰੇ ਅਧਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਦੁੱਤ ਵਿਅੰਜਨ ਲਈ ਨਾਸਕੀ ਵਿਅੰਜਨ ਕਿਹੜਾ ਹੈ ਰਾਰਾ ਯਈਆਂ ਜੱਜਾ ਜਾਂ ਕਕਾ ਨਾਸਕੀ ਵਿਅੰਜਨ ਕਿਹੜਾ ਹੈ ਸਹੀ ਅਨਸਰ ਹੈ ਯਈਆਂ ਗੁਰਮੁਖੀ ਲਿਪੀ ਵਿੱਚ ਨਾਸਿਕਤਾ ਲਈ ਕਿਹੜੇ-ਕਿਹੜੇ ਲਿਪੀ ਚਿੰਨ ਵਰਤੇ ਜਾਂਦੇ ਹਨ ਟਿੱਪੀ ਅਤੇ ਵਿੰਦੀ ਅੰਕੜ ਲੈਂਕੜ ਸਿਹਾਰੀ ਬਿਹਾਰੀ ਉਪਰੋਕਤ ਸਾਰੇ ਸਹੀ ਆਨਸਰ ਹੈ ਬਿੰਦੀ ਅਤੇ ਟਿੱਪੀ ਨੈਕਸਟ ਕਰਾਂਗੇ ਉੱਚੀ ਸਵਾਰ ਸਾਵੀ ਸੁਰ ਨੀਮੀ ਸੁਰ ਕਿਸ ਦੇ ਭੇਦ ਹਨ ਉੱਚੀ ਸੁਰ ਸਾਵੀ ਸੁਰ ਤੇ ਨੀਮੀ ਸੁਰ ਕਿਸ ਦੇ ਭੇਦ ਹੈ ਸਵਰ ਦੇ ਸੰਗਮ ਦੇ ਸੁਰ ਦੇ ਜਾਂ ਵਿਅੰਜਨ ਦੇ ਸਹੀ ਆਨਸਰ ਹੈ ਸੁਰ ਰੂਪ ਵਿਗਿਆਨ ਰੂਪ ਵਿਗਿਆਨ ਵੀ ਕੀ ਹੈ ਭਾਸ਼ਾ ਦੇ ਅਰਥ ਵਿਗਿਆਨ ਨਾਲ ਸੰਬੰਧਤ ਹੈ ਧੁਨੀ ਗ੍ਰਾਮ ਤੇ ਧੁਨੀ ਵਿਗਿਆਨ ਦਾ ਰੂਪ ਸਾਹਿਤ ਦਾ ਰੂਪ ਭਾਸ਼ਾ ਦੇ ਸ਼ਬਦ ਨਿਰਮਾਣ ਦੀਆਂ ਵਿਧੀਆਂ ਦਾ ਅਧਿਐਨ ਕਰਦਾ ਹੈ ਸਹੀ ਅਨਸਰ ਹੈ ਰੂਪ ਵਿਗਿਆਨ ਭਾਸ਼ਾ ਦੇ ਸ਼ਬਦ ਨਿਰਮਾਣ ਦੀਆਂ ਵਿਧੀਆਂ ਦਾ ਅਧਿਐਨ ਕਰਦਾ ਹੈ ਨੈਕਸਟ ਕਰਾਂਗੇ ਕੋਸ਼ਾਂ ਵਿੱਚ ਵਰਤੇ ਜਾਣ ਵਾਲੇ ਆਮ ਸ਼ਬਦਾਂ ਨੂੰ ਕੀ ਕਹਿੰਦੇ ਹਨ ਮੂਲ ਸ਼ਬਦ ਨਿਰਮਿਤ ਸ਼ਬਦ ਮਿਸ਼ਰਤ ਸ਼ਬਦ ਜਾਂ ਤਤਸਮ ਸ਼ਬਦ ਸਹੀ ਅਨਸਰ ਹੈ ਮੂਲ ਸ਼ਬਦ ਸ਼ਬਦਾਾਂ ਦੀ ਸਾਰਥਕ ਤੇ ਨਿੱਕੀ ਤੋਂ ਨਿੱਕੀ ਇਕਾਈ ਕਿਹੜੀ ਹੈ ਰੂਪਗ੍ਰਾਮ ਧੁਨੀਗ੍ਰਾਮ ਅਰਥ ਵਿਗਿਆਨ ਜਾਂ ਬਾਕ ਵਿਗਿਆਨ ਸਹੀ ਆਨਸਰ ਹੈ ਰੂਪਗ੍ਰਾਮ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਅਰਥਰਹਿਤ ਇਕਾਈ ਕਿਹੜੀ ਹੈ ਧੁਨੀਗ੍ਰਾਮ ਰੂਪਗ੍ਰਾਮ ਅੱਖਰ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਰਹਿਤ ਇਕਾਈ ਕਿਹੜੀ ਹੈ ਸਹੀ ਆਨਸਰ ਹੈ ਧੁਨੀ ਗ੍ਰਾਮ ਨੈਕਸਟ ਕਰਾਂਗੇ ਛੋਟੀ ਤੋਂ ਛੋਟੀ ਅਰਥ ਜੁਗਤ ਇਕਾਈ ਕਿਹੜੀ ਹੈ ਸ਼ਬਦ ਬਾਕ ਰੂਪ ਗ੍ਰਾਮ ਜਾਂ ਧੁਨੀ ਗ੍ਰਾਮ ਸਹੀ ਆਨਸਰ ਹੈ ਰੂਪ ਗ੍ਰਾਮ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਕਿਹੜੀ ਹੈ ਬਾਕ ਸ਼ਬਦ ਉਪਵਾਕ ਭਾਵੰਸ਼ ਸਹੀ ਆਨਸਰ ਹੈ ਬਾਕ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ